¿Debo? ¿Debo? ¿Qué debo? ¡Papuji! No entiendo. En otro no me sale a cara. ਤਾਂ ਰੁਕ ਕੇ ਨੀ ਰੁਕਦੇ ਬਾਪੂ ਜੀ, ਹੁਣ ਤਾਂ ਜੀਉਣ ਨੂੰ ਦਿਲ ਨੀ ਕਰਦਾ। ਮੇਰੇ ਵੱਲ ਦੇਖਦੀ ਏ, ਮੇਰਾ ਵੀ ਤਾਂ ਜਵਾਨ ਪੁੱਤਰ ਮਰਿਆ ਹੈ, ਨਾਲੇ ਸੱਜਣ ਸਿੰਘ ਮੇਰਾ ਹੋਣ ਵਾਲਾ ਕੁੜਮੀ ਨਹੀਂ, ਮੇਰਾ ਭਗਵਟ ਭਰਾ ਸੀ। ਜੇ ਉਹ ਨਹੀਂ ਵੀ ਰਿਹਾ ਤਾਂ ਕੀ ਹੋਇਆ, ਮੈਂ ਤਾਂ ਜਿਉਂਦਾ। ਤੂੰ ਫਿਕਰ ਨਾ ਕਰਦੀ, ਚਲਦੀ ਏ ਮੇਰੇ ਨਾਲ ਚੱਲ, ਮੈਂ ਤੈਨੂੰ ਲੈਣ ਆਇਆ। ਮੈਂ ਤੇਰਾ ਪਿਓ ਬਣ ਕੇ ਤੈਨੂੰ ਵਿਆਹਾਂਗਾ। ਦਾਜ ਦਹੇਜ ਦੀਆਂ ਸਾਰੀਆਂ ਰਸਮਾਂ ਮੈਂ ਆਪ ਪੂਰੀਆਂ ਕਰਾਂਗਾ। ਦਾਜ ਵਿੱਚ ਬਾਪੂ, ਬੇਬੇ ਭਰਾ ਤੇ ਅਰਜੀਤ ਦੀਆਂ ਲਾਸ਼ਾਂ ਬੈਰੀ ਮੈਨੂੰ ਦੇ ਗਏ ਨੇ ਬਾਪੂ ਜੀ। ਉਹਨਾਂ ਦੀ ਮੌਤ ਨੂੰ ਭੁਲਾ ਕੇ ਮੈਂ ਤੁਹਾਡੇ ਨਾਲ ਕਿਵੇਂ ਜਾ ਸਕਦੀ ਹਾਂ? ਇਸ ਕੰਡ ਦੇ ਓਲਿਓ ਕੰਬਦੀ ਆਵਾਜ਼ ਮੈਨੂੰ ਇੰਤਕਾਮ ਦੀ ਅੱਗ ਨਜ਼ਰ ਆ ਰਹੀ ਹੈ, ਪਰ ਇੰਤਕਾਮ ਲੈਣ ਦੀ ਤਾਕਤ ਨਹੀਂ ਦਿਸਦੀ। ਕੱਚ ਦੀਆਂ ਵੰਗਾਂ ਨਾਲ ਚਿਰ ਜਾਣ ਵਾਲੀਆਂ ਬਾਹਾਂ ਦੁਸ਼ਮਣ ਦਾ ਸਿਰ ਕਿਵੇਂ ਚੀਰਨਗੀਆਂ? ਦੇਬੋ ਕਿਵੇਂ ਚੀਰਨਗੀਆਂ? ਬਾਪੂ ਜੀ, ਵਾਹ ਧੀਏ ਵਾਹ। ਅੱਜ ਤੱਕ ਮਲਕੀਤ ਸਿੰਘ ਦੀ ਰਗ ਨੂੰ ਕਿਸੇ ਨੇ ਤਰੇੜ ਨਹੀਂ ਸੀ ਪਾਈ। ਚਲਦੀ ਏ, ਅਸੀਂ ਵਾਅਦਾ ਕਰਦੇ ਹਾਂ ਕਿ ਜਦ ਤੱਕ ਇਹ ਫੱਟ ਰਿਸ਼ਤਾ ਰਹੇਗਾ ਉਦੋਂ ਤੱਕ ਇਹ ਵੈਰ ਤੇਰਾ ਏ ਦੇਬੋ ਤੇਰਾ। ਜੇ ਵਿਆਹ ਸਕਦੀ ਏ ਤੇ ਵਿਆਹ ਲੈ। ਨਹੀਂ ਬਾਪੂ ਜੀ, ਆਉਣ ਵਾਲੀ ਵਿਸਾਖੀ ਦਾ ਦਿਨ ਹੀ ਸ਼ਮਸ਼ੇਰ ਸਿੰਘ ਸਾਰੰਗ ਦੀ ਜ਼ਿੰਦਗੀ ਦਾ ਆਖਰੀ ਦਿਨ ਹੋਵੇਗਾ। ਠੀਕ ਹੈ ਦੇਬੋ, ਪਰ ਤੁਹਾਨੂੰ ਮੇਰੇ ਨਾਲ ਇੱਕ ਹੋਰ ਵਾਅਦਾ ਕਰਨਾ ਪਏਗਾ। ਦੱਸ ਪੁੱਤਰ। ਮਨਜੀਤ ਨੂੰ ਕਦੇ ਪਤਾ ਨਾ ਲੱਗੇ ਕਿ ਉਹਦੇ ਭਰਾ ਜੀਤ ਦਾ ਕਤਲ ਹੋਇਆ ਹੈ। ਠੀਕ ਹੈ ਧੀਏ, ਜੀਤ ਨੂੰ ਇਸ ਗੱਲ ਦਾ ਕਦੇ ਪਤਾ ਨਹੀਂ ਲੱਗੇਗਾ। ਚੱਲ ਚੱਲ ਧੀਏ। ਮਾਰ ਮਾਰ ਸਜਾਤਾ, ਪਤਾ ਨੀ ਸੋਚ ਕਦੋਂ ਲੱਤੜੀ ਹੈ। ਮੇਰੇ ਮਾਮਲੇ ਚ ਲੈ ਪੰਗੇ, ਵੱਡਾ ਫੜ ਬਦਮਾਸ਼। ਸਿਪਾਹੀ ਜੀ, ਇਹ ਹੌਲਦਾਰ ਜੀ, ਉਹ ਥਾਣੇਦਾਰ ਜੀ, ਉਹ ਪੁਲਿਸ ਭਾਜੀ। ਓਏ ਕੀ ਗੱਲ ਹੈ? ਹੌਲੀ ਬੋਲ ਯਾਰ, ਵੱਡੇ ਥਾਣੇਦਾਰ ਨੇ ਕਦੋਂ ਆਉਣਾ? ਜਦੋਂ ਚੋਰੀ ਦੀ ਮੱਝ ਫੜੀ ਜਾਊ। ਮੱਝ ਕਦੋਂ ਫੜੀ ਜਾਊਗੀ? ਜਦੋਂ ਚੋਰ ਫੜਿਆ ਜਾਊ। ਤੇ ਭਾਜੀ ਚੋਰ ਕਦੋਂ ਫੜਿਆ ਜਾਊਗਾ? ਮਹੀਨਾ, ਦੋ ਮਹੀਨੇ, ਛੇ ਮਹੀਨੇ ਵੀ ਲੱਗ ਸਕਦੇ ਨੇ। ਅੱਛਾ, ਫਿਲਹਾਲ ਤਾਂ ਮੁਨਸ਼ੀ ਜੱਲਾਦ ਸਿੰਘ ਦਾਰੂ ਦਾ ਪੈਗ ਲਾ ਕੇ ਆਉਣ ਹੀ ਵਾਲਾ, ਕਿਉਂਕਿ ਅਸਲੀ ਤਫਦੀਸ਼ ਤੇ ਅੱਜ ਹੀ ਹੋਣੀ ਹੈ। ਕੀ ਮਤਲਬ? ਮਤਲਬ ਇਹ ਕਿ ਅੱਜ ਮੁਨਸ਼ੀ ਜੱਲਾਦ ਸਿੰਘ ਦੀ ਲਾਸਟ ਨਾਈਟ ਸ਼ਿਫਟ ਹੈ। ਅੱਛਾ, ਅਸਲੀ ਚਿਬ ਤਾਂ ਤੇਰੇ ਅੱਜ ਹੀ ਕੱਢਨੇ ਆ ਪੁੱਤਰਾ। ਓਏ ਓਏ, ਕਿਉਂ ਹੋਰ ਚਿਬ ਪਾਈ ਜਾਂਦੇ ਹੋ? ਮੇਰਾ ਤਾਂ ਖੂਨ ਸੁੱਕੀ ਜਾਂਦਾ ਹੈ। ਓ ਥਾਣੇਦਾਰ ਜੀ, ਓ ਵੱਡੇ ਥਾਣੇਦਾਰ ਜੀ, ਓ ਥਾਣੇਦਾਰ ਜੀ, ਕੀ ਗੱਲ? ਓਏ ਜਨਾਬ, ਮੈਨੂੰ ਛੱਡ ਦਿਓ, ਮੇਰੀ ਤੌਬਾ ਮੇਰੇ ਪਿਓ ਦੀ ਤੌਬਾ।
ਤੂੰ ਤਾਂ ਬਹੁਤ ਵੱਡਾ ਬੰਦੇ ਮਾਰ ਜੱਗਾ ਬਦਮਾਸ਼ ਕਹਿੰਦਾ ਸੀ, ਹੁਣ ਕਿੱਥੇ ਗਈ ਤੇਰੀ ਬਦਮਾਸ਼ੀ? ਉਹ ਕਿਹੜਾ ਬਦਮਾਸ਼ ਜੀ, ਉਹ ਮੈਂ ਤਾਂ ਕੁੜੀ ਦੇ ਚੱਕਰ 'ਚ ਬਦਮਾਸ਼ ਬਣ ਗਿਆ ਜੀ। ਮੈਂ ਕਾਹਦਾ ਬਦਮਾਸ਼ ਆ, ਮੈਂ ਠੇਕੇ ਦੇ ਅੱਗੋਂ ਦੀ ਭਾਵੇਂ ਲੰਘ ਜਾ, ਥਾਣੇ ਦੇ ਅੱਗੋਂ ਕਦੇ ਨਹੀਂ ਲੰਘੂਗਾ। ਠੀਕ ਆ ਠੀਕ ਆ, ਅੱਗੇ ਤੋਂ ਜੇ ਮੈਂ ਬਦਮਾਸ਼ ਸ਼ਬਦ ਤੇਰੀ ਜ਼ਬਾਨ ਤੋਂ ਵੀ ਸੁਣ ਲਿਆ ਤਾਂ ਅਕਲਦਾਨ ਤੇ ਲੰਬਾ ਕੋਟਾ ਹੀ ਚੜਾਊਂਗਾ। ਸੁਣ ਗਿਆ ਤੈਨੂੰ? ਮਤਲਬ ਹੀ ਨਹੀਂ ਜੀ ਕੋਈ, ਤੁਸੀਂ ਮੈਨੂੰ ਇੱਕ ਵਾਰੀ ਛੱਡੋ ਤਾਂ ਸਹੀ, ਮੈਂ ਆਪਣੀ ਆਉਣ ਵਾਲੀਆਂ ਪੁਸ਼ਤਾਂ ਨੂੰ ਲਿਖ ਕੇ ਦੇ ਕੇ ਜਾਊਂਗਾ। ਜੋ ਮਰਜ਼ੀ ਬਣ ਜਿਓ, ਬਦਮਾਸ਼ ਨਾ ਬਣਿਓ, ਹੁਣ ਤਾਂ ਛੱਡ ਦਿਓ। ਓ ਮੁੰਜੀ ਛੱਡ ਦਿਓ, ਇਹਨੂੰ ਛੱਡ ਦਿਓ। ਓ ਖੋਲੋ, ਓ ਖੋਲ ਦਿਓ, ਓ ਖੋਲੋ, ਓ ਖੋਲ ਦੇ, ਓ ਖੋਲ ਦੇ, ਖੋਲ। ਓਏ ਜੀਤਿਆ, ਤੈਨੂੰ ਕੁਛ ਪਤਾ ਲੱਗਿਆ? ਕੀ? ਉਹ ਆਪਣੀ ਰਾਨੋ ਹੈ ਨਾ, ਉਹਨੂੰ ਬਿੰਦਰ ਨੇ ਟਕਾ ਲਿਆ। ਕੀ? ਬਿੰਦਰ ਨੇ? ਨਹੀਂ ਯਾਰ, ਇਹ ਨਹੀਂ ਹੋ ਸਕਦਾ। ਇਹੀ ਹੋਇਆ ਯਾਰ, ਉਹ ਦੇਖ। ਤੇਰੀ ਤਾਂ ਨਹੀਂ ਬਿੰਦਰ, ਨਹੀਂ, ਇਹ ਆਪਣੇ ਆਪ ਨੂੰ ਬਹੁਤ ਵੱਡਾ ਬਾਕਸਰ ਸਮਝਦਾ ਹੈ। ਜੇ ਅੱਜ ਇਹਦੀ ਬਾਕਸਿੰਗ ਦੀ ਕੰਪੀਟੀਸ਼ਨ ਤੇਰੇ ਨਾਲ ਕਾਲਜ ਦੇ ਗੱਬੇ ਹੋ ਜਾਵੇ ਤਾਂ ਕਿ ਕਾਲਜ ਵਾਲਿਆਂ ਨੂੰ ਵੀ ਪਤਾ ਲੱਗੇ ਕਿ ਚੈਂਪੀਅਨ ਕੌਣ ਹੈ। ਰਾਣੋ, ਜੇ ਮੈਂ ਬਿੰਦਰ ਤੋਂ ਹਾਰ ਗਿਆ ਨਾ, ਮੈਂ ਇਹ ਕਾਲਜ ਹੀ ਛੱਡ ਜਾਵਾਂਗਾ। ਤੇ ਜੇ ਤੂੰ ਬਿੰਦਰ ਤੋਂ ਜਿੱਤ ਗਿਆ ਨਾ ਤਾਂ ਜੋ ਤੂੰ ਕਹੇਗਾ ਉਹੀ ਕਰਾਂਗੀ। ਇੱਕ ਵਾਰੀ ਫੇਰ ਸੋਚ ਲੈ। ਸੋਚ ਸਮਝ ਕੇ ਫੈਸਲਾ ਕੀਤਾ ਜੀਤਿਆ, ਚੱਲ ਹੋ ਜਾ ਤਿਆਰ।
ਨਾਲ ਨਾਰਾਜ਼ ਹੈ? ਮੈਂ ਤੇਰੇ ਨਾਲ ਕਿਉਂ ਨਾਰਾਜ਼ ਹੋਣਾ? ਪਰ ਜੀਤਿਆ, ਮੈਂ ਤੈਨੂੰ ਰੀਅਲੀ ਲਵ ਕਰਦੀ ਹਾਂ। ਸੱਚ ਜੀਤਿਆ, ਆਈ ਲਵ ਯੂ। ਸੱਚ? ਓ ਮਾਈ ਲਵ। ਰਾਣੋ, ਪਤਾ ਨਹੀਂ ਤੂੰ ਮੇਰੇ ਤੇ ਕੀ ਜਾਦੂ ਕੀਤਾ ਹੈ, ਜਿਹੜਾ ਇੱਕ ਪਲ ਵੀ ਤੇਰੇ ਤੋਂ ਜੁਦਾ ਹੋਣ ਨੂੰ ਦਿਲ ਨਹੀਂ ਕਰਦਾ। ਜੁਦਾ ਹੋਣ ਤੇ ਦਿਲ ਮੇਰਾ ਵੀ ਨਹੀਂ ਕਰਦਾ, ਪਰ ਕੀ ਕਰੀਏ, ਕਾਲਜ ਤਾਂ ਬੰਦ ਹੋ ਗਏ, ਘਰ ਤੇ ਜਾਣਾ ਹੀ ਪੈਣਾ। ਰਾਣੋ, ਕਿਤੇ ਇਹ ਜੁਦਾਈ ਮੇਰੀ ਮੌਤ ਨਾ। ਨਹੀਂ ਜੀਤਿਆ, ਨਹੀਂ, ਇਹ ਗੱਲ ਦੁਬਾਰਾ ਨਾ ਕਹੀ, ਨਾਲੇ ਆਪਾਂ ਕਿਹੜਾ ਸਦਾ ਲਈ ਜੁਦਾ ਹੋਣ ਲੱਗੇ ਆ। ਪਰ ਰਾਣੋ, ਆਪਾਂ ਮਿਲਿਆ ਕਿੱਥੇ ਕਰਾਂਗੇ? ਪਿੰਡ ਤੋਂ ਬਾਹਰ ਸਾਡੇ ਟਿਊਬਲ ਤੇ। ਵਾਦਾ? ਵਾਦਾ। Thank you.